थाना फलौर की पुलिस ने एक नशा तस्कर 16 ग्राम हैरन समेत किया काबू। जिसने दसिए कि श्री जगदीश राज PPS उप पुलिस कप्तान साहब ने फलौर की अगवाई हेठ इंस्पैक्टर हरजिंदर सिंह मुख्य थाना अफसर फलौर की टीम ने एक नशा तस्कर गिरफ्तार करके सफलता हासिल की है। इस संबंधी प्रेस में जानकारी देते हुए श्री जगदीश राज PPS उप पुलिस कप्तान साहब ने फलौर जी ने दसाया कि सहायक सब इंस्पैक्टर धर्मिंदर सिंह वालों मिति 19/5/2023 हरजिंदर सिंह उर्फ राजू पुत्र सुखदेव सिंह वासी नेड़े बाबा बालकनाथ मंदिर महला चौधरियां फलौर थाना फलौर जिला जलंधर को गिरफ्तार करके इस पासों 16 ग्राम हैरन बरामद करके मुकदमा नंबर 120 मिति 19/5/2023 जुर्म 21B NDPS एक्ट थाना फलौर विखे रजिस्टर किया है। जो मुढ़ली पुछगिछ तो यह गल सामने आई है कि यह व्यक्ति लुक छिप के फलौर और फलौर के इलाके काफ़ी देर तो नशे का कारोबार कर रहा है। इस आरोपी के खिलाफ नशा तस्करी के पहला भी मुकदमे दर्ज हैं, जो इसका पहला पुलिस रिमांड हासिल करके होर भी पुछगिछ की जा रही है। एक न्यूज़ पंजाबी लई फलौर तो सुरिंदर सिंह दे नाल प्रभपाल की विशेष रिपोर्ट। ਸਰ ਪਤਾ ਲੱਗਾ ਕਿ ਤੁਸੀਂ ਇੱਕ ਨਸ਼ਾ ਤਸਕਰ ਫੜਿਆ ਹੈਗਾ ਸਰ, ਕਿੰਨੇ ਗ੍ਰਾਮ ਤੋਂ ਨਸ਼ਾ ਬੰਦ ਹੋਇਆ ਹੈਗਾ ਔਰ ਕਿੱਥੋਂ ਦਾ ਰਹਿਣ ਵਾਲਾ ਸਰ? ਹਾਂਜੀ, ਅਸੀਂ ਜਿਹੜੀ ਨਸ਼ੇ ਮੁਹਿੰਮ ਦੀ ਚਲਾ ਰਹੇ ਹਾਂ, ਇਸ ਦੌਰਾਨ ਇੱਕ ਜਿਹੜਾ ਸ਼ਖਸ ਅਸੀਂ ਕਾਬੂ ਕੀਤਾ ਉਹਦਾ ਨਾਂ ਹਰਜਿੰਦਰ ਰਾਜੂ ਆ, ਸਨ ਆਫ ਸੁਖਦੇਵ ਸਿੰਘ ਮੱਸੀ ਮਹੱਲਾ ਚੌਧੀਆਂ ਫਲੌਰ। ਇਸ ਕੋਲੋਂ ਅਸੀਂ ਰਿਕਵਰੀ ਜਿਹੜੀ ਆ 16 ਗ੍ਰਾਮ ਹੈਰੋਇਨ ਰਿਕਵਰੀ ਕੀਤੀ ਆ। ਤੋ ਸਾਨੂੰ ਦੱਸਿਆ ਸੀਗਾ ਕਿ ਇਸ ਕਰਕੇ ਇਹ ਬੰਦਾ ਜਿਹੜਾ ਕਾਫੀ ਚਿਰ ਤੋਂ ਜਿਹੜਾ ਫਲੌਰ ਦੀ ਏਰੀਏ ਵਿੱਚ ਹੈਰੋਇਨ ਵਗੈਰਾ ਧੰਦਾ ਕਰਦਾ ਹੈ ਅਤੇ ਆਪ ਵੀ ਪੀਂਦਾ ਅਤੇ ਇਹ ਗਾਹਾਂ ਵੇਚਦਾ ਵੀ ਆ। ਅਤੇ ਇਹ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਆ, ਜਿਹੜਾ ਕਿ ਇਸ ਏਰੀਏ ਵਿੱਚ ਜਿਹੜੀ ਆ ਆਲੇ ਦੁਆਲੇ ਨੌਜਵਾਨਾਂ ਨੂੰ ਕਾਫੀ ਇਹ ਜਿਹੜਾ ਨਸ਼ਾ ਸਪਲਾਈ ਕਰਦਾ ਸੀਗਾ। ਬਾਕੀ ਇਸਦਾ ਰਿਮਾਂਡ ਜਿਹੜਾ ਮਾਨਯੋਗ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਜਾ ਰਿਹਾ। ਇਸਦਾ ਰਿਮਾਂਡ ਅਸੀਂ ਹਾਸਲ ਕਰਕੇ ਹੋਰ ਵੀ ਜਿਹੜੀ ਡੂੰਘਾਈ ਨਾਲ ਅਸੀਂ ਪੁੱਛਗਿੱਛ ਕੀਤੀ ਜਾ ਰਹੀ ਆ ਤਾਂ ਜੋ ਜਿਹੜੇ ਹੋਰ ਵੀ ਇਸਦੇ ਨਾਲ ਜਿਹੜੇ ਨੇੜੇ ਸਾਥੀ ਆ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ। ਪਹਿਲਾਂ ਵੀ ਇੱਥੇ ਕੋਈ ਪਰਚਾ ਪੁਰਚਾ ਦਿੰਦੇ? ਹਾਂਜੀ, ਅਸੀਂ ਇਸਦੇ ਰਿਕਾਰਡ ਪਤਾ ਕਰਦੇ ਹਾਂ, ਇੱਥੇ ਪਹਿਲਾਂ ਵੀ ਪਰਚਾ ਦਰਜ ਹੋ ਸਕਦਾ ਹੈ ਜੇ ਰਿਕਾਰਡ ਦਾ ਪਤਾ ਕਰਦੇ ਹਾਂ, ਅਤੇ ਇਸਦੇ ਖਿਲਾਫ਼ ਪਹਿਲਾਂ ਵੀ ਪਰਚਾ ਦਰਜ ਹੈ। ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।